ਪੁੱਛ ਕੇ ਚ ਤਾਂ ਉਹਨਾਂ ਨੇ ਸੋਸ਼ਲ ਮੀਡੀਆ ਦਾ ਹੀ ਸੀਗਾ ਇਸ਼ੂ ਉਹ ਕਹਿੰਦੇ ਤੁਸੀਂ ਲਿਖਦੇ ਹੋ ਮੈਂ ਕਿਹਾ ਹਾਂਜੀ ਵੀ ਮੈਂ ਲਿਖਦੀ ਹਾਂ ਕੋਈ ਮੇਰਾ ਫੇਕ ਖਾਤਾ ਨਹੀਂ ਹੈ ਮੇਰਾ ਮਤਲਬ ਆਪਣੀ ਮੇਰੀ ਆਈਡੀ ਆ ਹਰਪ੍ਰੀਤ ਕੌਰ ਮੋਗਾ ਦੇ ਨਾਮ ਤੇ ਉਹ ਵੀ ਮੇਰੀ ਰੀਅਲ ਆ ਤੇ ਉਸ ਤੋਂ ਬਾਅਦ ਗੁਰਲਾਭ ਸਿੰਘ ਦਾ ਪੇਜ ਆ ਉਹ ਮੇਰੇ ਹਸਬੈਂਡ ਦਾ ਪੇਜ ਆ ਉਹਦੇ ਤੇ ਵੀ ਮੈਂ ਲਿਖਦੀ ਹਾਂ ਮੇਰਾ ਬਕਾਇਦਾ ਉੱਪਰ ਮੇਰੀ ਆਪਦੀ ਆਈਡੀ ਮੈਂਸ਼ਨ ਕੀਤੀ ਹੁੰਦੀ ਹੈਗੀ ਤਾਂ ਉਹਨਾਂ ਨੂੰ ਮੈਂ ਕਿਹਾ ਵੀ ਮੈਨੂੰ ਲਿਖਣ ਦਾ ਸ਼ੌਂਕ ਆ ਅਤੇ ਮੈਂ ਕਹਾਣੀਆਂ ਵਗੈਰਾ ਵੀ ਲਿਖਦੀ ਹਾਂ ਕੋਈ ਵੀ ਸਰਕਾਰ ਆ ਸਾਡਾ ਕਿਸੇ ਸਰਕਾਰ ਨਾਲ ਨਾ ਸਾਡੀ ਵਿਰੋਧਤਾ ਨਾ ਅਸੀਂ ਕਿਸੇ ਦੇ ਬਹੁਤਾ ਪੱਖ 'ਚ ਹਾਂ ਤਾਂ ਜੋ ਵੀ ਆ ਹੈ ਨਾ ਅਸੀਂ ਸਰਕਾਰਾਂ ਚੁਣਦੇ ਹਾਂ ਵੋਟਾਂ ਦੇ ਕੇ ਹੈ ਨਾ ਇਹ ਲੋਕਤੰਤਰ ਆ ਤਾਂ ਅਸੀਂ ਵੋਟਾਂ ਦੇ ਕੇ ਸਰਕਾਰਾਂ ਚੁਣਦੇ ਹਾਂ ਉਹਦੀ ਸਾਡੀ ਇੱਕ ਯੂਨੀਅਨ ਬਣੀ ਆ ਲੇਡੀਜ਼ ਦੀ ਯੂਨੀਅਨ ਬਣੀ ਹੋਈ ਆ ਸਾਡੇ ਫਤਿਹਗੜ੍ਹ ਸਾਹਿਬ ਤੋਂ ਬੀਬੀ ਗੁਰਜੀਤ ਕੌਰ ਜੀ ਸਾਡੇ ਪ੍ਰਧਾਨ ਆ ਯੂਨੀਅਨ ਦੇ ਸੂਬਾ ਪ੍ਰਧਾਨ ਅਸੀਂ ਉਹਨਾਂ ਨਾਲ ਕੰਮ ਕਰ ਰਹੇ ਹਾਂ ਬਾਕੀ ਮੁਕਤਸਰ ਸਾਹਿਬ ਤੋਂ ਹੈਗੇ ਨੇ ਆਪਣੇ ਐਮ ਸੀ ਆ ਲੇਡੀਜ਼ ਬੀਬੀ ਇੰਦਰਜੀਤ ਕੌਰ ਜੀ ਅਤੇ ਉਹਨਾਂ ਦੇ ਹਸਬੈਂਡ ਹੈਗੇ ਨੇ ਜਗਤਾਰ ਜੱਗਾ ਜੀ ਸ਼ਾਇਦ ਜੱਗੀ ਵੀਰ ਆ ਉਹਨਾਂ ਦਾ ਨਾਮ ਤਾਂ ਉਹ ਕਰ ਰਹੇ ਆ ਹੈ ਨਾ ਖਸਖਸ ਦੀ ਖੇਤੀ ਦੇ ਮਸਲਿਆਂ 'ਤੇ ਵੀ ਅਸੀਂ ਉਹਨਾਂ ਨਾਲ ਸਹਿਮਤ ਹਾਂ ਵੀ ਉਹ ਅਸੀਂ ਉਹਨਾਂ ਬਾਰੇ ਲਿਖੀਦਾ ਲਗਭਗ 2-2.5 ਘੰਟੇ ਕਿੰਨੇ ਕੁ ਜਾਣੇ ਸੀਗੇ ਜਿਹੜੀ ਟੀਮ ਦੇਖਣ ਵਾਲੀ 10-11 ਜਾਣੇ ਸੀਗੇ ਕੀ ਕੀ ਘਰ ਦੀ ਤਲਾਸ਼ੀ ਲਿੱਤੀ ਗਈ ਜਾਂ ਕੋਈ ਹੋਰ ਨਹੀਂ ਅਜਿਹਾ ਕੁਛ ਨਹੀਂ ਹੋਇਆ ਘਰ ਦੇ ਵਿੱਚ ਤਾਂ ਮੈਂ ਉਹਨਾਂ ਨੂੰ ਦੱਸਦਾ ਵੀ ਤਲਾਸ਼ੀ ਲੈ ਸਕਦੇ ਹੋ ਕਿਉਂਕਿ ਮੇਰੇ ਸਾਰੇ ਕਮਰੇ 'ਚ ਇਕੱਲੇ ਮੰਜੇ ਹੀ ਆ ਮੇਰੇ ਕੋਲ ਫਰਨੀਚਰ ਵਗੈਰਾ ਹੋਰ ਹਲੇ ਕੁਛ ਨਹੀਂ ਹੈਗਾ ਵੀ ਲੈ ਸਕਦੇ ਹੋ ਤੁਸੀਂ ਹਾਂ ਕੀ ਪੁੱਛੀ ਚੀਜ਼ ਕੀਤੀ ਕੀ ਕੀਤੀ ਤੁਹਾਨੂੰ ਵੈਸੇ ਹੀ ਫੇਸਬੁੱਕ ਤੇ ਤੁਸੀਂ ਕੀ ਲਿਖਦੇ ਹੋ ਕੀ ਤੁਹਾਡਾ ਮਸਲਾ ਹੈ ਤੁਸੀਂ ਕੀ ਚਾਹੁੰਦੇ ਹੋ ਮੈਂ ਉਹਨਾਂ ਨੂੰ ਦੱਸਦਾ ਵੀ ਅਸੀਂ ਤਾਂ ਪੰਜਾਬ ਦੇ ਮਸਲਿਆਂ ਤੇ ਲਿਖਦੇ ਆ ਮੈਨੂੰ ਲਿਖਣ ਦਾ ਸ਼ੌਂਕ ਆ ਜੀਵਨੀਆਂ ਲਿਖਦੀ ਰਹਿੰਦੀ ਆ ਤਾਂ ਜਾਂ ਮਤਲਬ ਜਿਹੜੇ ਕੋਈ ਐਨ ਜੀ ਓ ਚਲਾਉਂਦੇ ਆ ਡੋਗਸ ਵਗੈਰਾ ਦੇ ਵੀ ਮੈਂ ਉਹਨਾਂ ਦੇ ਲਿੰਕ ਸ਼ੇਅਰ ਕਰਦੀ ਜਾਂ ਮੈਨੂੰ ਉਹਨਾਂ ਦਾ ਸ਼ੌਂਕ ਆ ਵੀ ਉਹ ਐਨ ਜੀ ਓ ਮੈਂ ਚਲਾਵਾਂ ਜਿਹਦਾ ਪੇਜ ਚਲਾ ਰਹੇ ਹੋ ਕੀ ਨਾਮ ਹੈ ਪੇਜ ਦਾ ਗੁਰਲਾਭ ਸਿੰਘ ਤੁਸੀਂ ਚਲਾਉਂਦੇ ਹੋ ਹਾਂਜੀ ਉਹ ਉਹਨਾਂ ਦਾ ਬਣਿਆ ਹੋਇਆ ਸੀ ਉਹਦੇ ਤੇ ਜਾਨੀ ਕਿ ਲਿਖਦੀ ਮੈਂ ਆ ਤੇ ਹਸਬੰਡ ਕੀ ਕਰਦੇ ਤੁਹਾਡੇ ਉਹ ਟਰੱਕ ਡਰਾਈਵਰ ਆ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਡਿਊਟੀ ਕੀਤੀ ਇਹੀ ਉਹਨਾਂ ਨੇ ਪੁੱਛ ਪੜਤਾਲ ਕੀਤੀ ਹੋਰ ਜ਼ਿਆਦਾ ਕੁਝ ਨਹੀਂ ਆ ਕੋਈ ਡਰੱਗ ਮਣੀ ਨੂੰ ਲੈ ਕੇ ਵੀ ਉਹਨਾਂ ਨੇ ਕੁਛ ਕੁਛ ਕੀਤੀ ਟ੍ਰਾਂਜੈਕਸ਼ਨ ਵਗੈਰਾ ਕੀਤੀ ਉਹਨਾਂ ਨੇ ਪਰ ਮੈਂ ਉਹਨਾਂ ਨੂੰ ਕਿਹਾ ਤੁਸੀਂ ਮੇਰੇ ਖਾਤੇ ਕੰਘਾਲ ਸਕਦੇ ਹੋ ਹਨਾ ਮੈਨੂੰ ਨਾ ਕਿਸੇ ਦਾ ਕੋਈ ਮਤਲਬ ਆਇਆ ਪੈਸਾ ਨਾ ਅਸੀਂ ਲੈਣਾ ਤੇ ਨਾ ਅਸੀਂ ਲਿਆ ਇਸ ਤੋਂ ਪਹਿਲਾਂ ਪਰਿਵਾਰ ਦੇ ਵਿੱਚ ਕਿੰਨੇ ਕੁ ਜਾਣੇ ਤੁਸੀਂ ਰਹਿੰਦੇ ਹੋ ਪਰਿਵਾਰ ਦੇ ਵਿੱਚ ਅਸੀਂ 4 ਜੀ ਆ ਦੋਨੇ ਮਤਲਬ ਮੀਆਂ ਬੀਬੀ ਅਸੀਂ ਆ ਤੇ ਮਤਲਬ ਦੋਨੇ ਮੇਰੇ ਬੇਟੇ ਆ ਤੁਸੀਂ ਪੇਸ਼ੇ ਤੋਂ ਕੀ ਕੰਮ ਕਰ ਰਹੇ ਹੋ ਪੇਸ਼ੇ ਤੋਂ ਪਹਿਲਾਂ ਅਸੀਂ ਮੇਰੇ ਹਸਬੈਂਡ ਗ੍ਰੰਥੀ ਸਿੰਘ ਸੀ ਮੈਂ ਉਹਨਾਂ ਦੇ ਨਾਲ ਸੀ ਡਿਊਟੀ ਦੌਰਾਨ ਤਾਂ ਹੁਣ ਉਹ ਟਰੱਕ ਚਲਾ ਰਹੇ ਆ ਮੈਂ ਘਰ ਆ ਹਾਊਸ ਵਾਈਫ ਆ ਗ੍ਰੰਥੀ ਕਿਹੜੀ ਜਗ੍ਹਾ ਸੀ ਲੋਕਲੀ 2-3 ਪਿੰਡਾਂ ਦੇ ਵਿੱਚ ਡਿਊਟੀ ਕੀਤੀ ਹੈ 3-3 ਚਾਰ ਤੁਹਾਨੂੰ ਰਹਿੰਦੇ ਨੂੰ ਪਿੰਡ ਦੇ ਵਿੱਚ ਇੱਥੇ ਸਾਨੂੰ ਮਕਾਨ ਬਣਾਏ ਨੂੰ 15-16 ਸਾਲ ਹੋ ਗਏ ਆ ਜਗ੍ਹਾ ਲਈ ਨੂੰ 17-18 ਸਾਲ ਹੋ ਗਏ ਫਿਰ ਅਸੀਂ 15 ਸਾਲ 2 ਸਾਲ ਬਾਅਦ ਮਕਾਨ ਬਣਾਇਆ ਤਾਂ ਘਰੇ ਅਸੀਂ ਹੁਣ 7-8 ਸਾਲ ਤੋਂ ਆਏ ਹੋਏ ਆ 7 ਸਾਲ ਹੋ ਗਏ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਡਿਊਟੀ ਸੀ ਕਿੰਨੇ ਕੁ ਜਾਣੇ ਕਿੰਨੇ ਕੁ ਵਜੇ ਆਏ ਸੀ ਜਿਹੜੀ ਰੇਡ ਵੱਜੀ ਤੁਹਾਡੇ ਘਰੇ ਮੈਂ ਟਾਈਮ ਨੋਟ ਨਹੀਂ ਕੀਤਾ ਹਲੇ ਸੁੱਤੇ ਪਏ ਸੀਗੇ ਇਹ ਤੁਹਾਨੂੰ ਬਾਅਦ ਚ ਬੁਲਾਇਆ ਵੀ ਗਿਆ ਜਾਂ ਹਾਂਜੀ ਪਰਸੋਂ ਬੁਲਾਇਆ ਕੀ ਕਿਹਾ ਗਿਆ ਉਹ ਕਹਿੰਦੇ ਤੁਸੀਂ ਉੱਥੇ ਆ ਜਾਓ ਥੋੜੀ ਵੀ ਮਤਲਬ ਪੁੱਛਦਾ ਕਰਨੀ ਪੁੱਛਦਾ ਚੰਡੀਗੜ੍ਹ